ਅਕਸਰ ਚਰਚਾ ਚ ਰਹਿਣ ਵਾਲਾ ਸਿੱਖਿਆ ਵਿਭਾਗ ਦਾ ਇੱਕ ਹੋਰ ਲਾਪਰਵਾਹੀ ਭਰਿਆ ਕਾਰਨਾਮਾ ਸਾਹਮਣੇ ਆਇਆ ਹੈ। ਸਿੱਖਿਆ ਵਿਭਾਗ ਵੱਲੋਂ ਜੋ ਚੌਥੀ ਜਮਾਤ ਦੀ ਪੰਜਾਬੀ ਦੀ ਪੁਸਤਕ ਪ੍ਰਕਾਸ਼ਿਤ ਕੀਤੀ ਗਈ ਹੈ, ਉਸ ਵਿੱਚ ਵਿਭਾਗ ਨੇ ਵੱਡੀ ਗਲਤੀ ਕੀਤੀ ਹੈ, ਜਿਸ ਵਿੱਚ ਆਜ਼ਾਦੀ ਦੀ ਲੜਾਈ ਚ ਅਹਿਮ ਯੋਗਦਾਨ ਪਾਉਣ ਵਾਲੇ ਸ਼ਹੀਦ ਸੁਖਦੇਵ ਜੀ ਦੀ ਜੀਵਨੀ ਛਾਪੀ ਗਈ ਹੈ, ਪਰ ਤਸਵੀਰ ਵਿਭਾਗ ਨੇ ਸ਼ਹੀਦ ਰਾਜਗੁਰੂ ਜੀ ਦੀ ਲਾਈ ਹੋਈ ਹੈ, ਜੋ ਕਿ ਸਰਾਸਰ ਸ਼ਹੀਦਾਂ ਦਾ ਵੱਡਾ ਅਪਮਾਨ ਹੈ। ਹੈਰਾਨੀ ਦੀ ਗੱਲ ਤਾਂ ਇਹ ਹੈ ਕਿ ਇੰਨੀ ਵੱਡੀ ਗਲਤੀ ਵੱਲ ਵਿਭਾਗ ਦਾ ਧਿਆਨ ਕਿਉਂ ਨਹੀਂ ਗਿਆ, ਕਿਉਂਕਿ ਇਸ ਗਲਤੀ ਦਾ ਵਿਦਿਆਰਥੀਆਂ ਉੱਤੇ ਗਲਤ ਅਸਰ ਪੈਂਦਾ ਹੈ। ਬੇਟਾ ਕਿਹਦੀ ਫੋਟੋ ਹੈ? ਪਿਛਲੇ ਸਾਲ ਤੁਸੀਂ ਪੜ੍ਹੀ ਸੀ ਇਹ, ਤੇ ਤੁਹਾਨੂੰ ਟੀਚਰ ਨੇ ਦੱਸਿਆ ਸੀ ਇਹ ਬਾਲ ਸਿੰਘ ਦੇਵ ਦੀ ਫੋਟੋ ਹੈ? ਤੇ ਪੱਕਾ ਬਾਲ ਸਿੰਘ ਦੇਵ ਦੀ ਫੋਟੋ ਹੈ? ਬਾਲ ਸਿੰਘ ਦੇਵ ਦੀ ਫੋਟੋ ਹੈ? ਕੀ ਨਾਮ ਹੈ? ਮੇਰਾ ਨਾਮ ਸਮਿਤ। ਸਮਿਤ ਜੀ, ਕਿਹੜੀ ਕਲਾਸ ਚੋ ਤੁਸੀਂ? ਮੇਰੀ ਜਮਾਤ ਪੰਜਵੀਂ ਚ। ਜਿਹੜੀ ਚੌਥੀ ਕਲਾਸ ਦੇ ਵਿੱਚ ਪੜ੍ਹੀ, ਜਿਹੜੀ ਹੁਣ ਆਪਾਂ ਕਿਤਾਬ ਦੇਖੀ ਹੈ, ਉਹਦੇ ਵਿੱਚ ਫੋਟੋ ਲੱਗੀ ਹੈ, ਕਿਹਦੀ ਫੋਟੋ ਲੱਗੀ ਹੈ? ਜੇ ਕਿਤੇ ਬਾਹਰ ਤੁਸੀਂ ਬੈਨਰ ਵਗੈਰਾ ਤੇ ਲੱਗੀ ਦੇਖਦੇ ਹੋ, ਕੀ ਦੇਖੋਗੇ ਤੁਸੀਂ? ਬਾਲ ਸੁਖਦੇਵ ਦੀ ਫੋਟੋ ਹੀ। ਜਿਹੜੇ ਟੀਚਰ ਵਗੈਰਾ ਨੇ ਤੁਹਾਨੂੰ ਪੜ੍ਹਾਇਆ, ਬਾਲ ਸੁਖਦੇਵ ਵੀ ਪੜ੍ਹਾਇਆ, ਕੀ ਕਿਹਾ ਉਹਨਾਂ ਨੇ ਵੀ? ਕਿਹਨਾਂ ਦੀ ਫੋਟੋ ਹੈ? ਬਾਲ ਸੁਖਦੇਵ ਦੀ ਫੋਟੋ। ਦੇਖੀ ਤੁਸੀਂ ਫੋਟੋ? ਤੁਹਾਡੀ ਕਿਹੜੀ ਹੈ? ਕੀ ਨਾਮ ਹੈ ਤੁਹਾਡਾ? ਤੁਸੀਂ ਪਿਛਲੇ ਸਾਲ ਪੜ੍ਹੀ ਸੀ ਇਹ ਬੁੱਕ? ਤੁਹਾਨੂੰ ਦੱਸਿਆ ਸੀ ਇਹ ਸੁਖਦੇਵ ਹੈ? ਦੱਸਿਆ ਇਹ ਸੁਖਦੇਵ ਹੀ ਹੈ? ਉੱਤੇ ਕੀ ਲਿਖਿਆ? ਤੇ ਸੁਖਦੇਵ ਦੀ ਫੋਟੋ ਹੈ। ਬੇਟਾ ਤੁਹਾਡਾ ਅਰਸ਼ਪ੍ਰੀਤ, ਬੇਟਾ ਜਿਹੜੀ ਹੁਣ ਤੁਹਾਨੂੰ ਕਿਤਾਬ ਦਿਖਾਈ ਹੈ ਅਸੀਂ, ਉਸ ਦੇ ਵਿੱਚ ਕਿਹਦੀ ਫੋਟੋ ਲੱਗੀ ਹੈ? ਉਹਦੀ ਜੀਵਨੀ ਵਗੈਰਾ ਪੜ੍ਹੀ ਹੈ ਸਰ ਤੁਸੀਂ ਥੱਲੇ? ਸਾਰਾ ਤੁਹਾਨੂੰ ਨੌਲੇਜ ਹੈ। ਜੇ ਤੁਸੀਂ ਕਿਤੇ ਇਹਨੂੰ ਫੋਟੋ ਨੂੰ ਕਿਤੇ ਬਾਹਰ ਲੱਗਿਆ ਦੇਖਦੇ ਹੋ, ਕਿਤੇ ਵੀ ਪਬਲਿਕ ਪੇਜ ਤੇ ਦੇਖਦੇ ਹੋ, ਤੇ ਜੇ ਤੁਹਾਨੂੰ ਪੁੱਛਦਾ ਕੋਈ ਤੇ ਕੀ ਦੱਸੋਗੇ ਤੁਸੀਂ? ਜਿਹੜੇ ਟੀਚਰ ਸਾਹਿਬਾਨ ਹੈ ਤੁਹਾਡੇ, ਉਹਨਾਂ ਨੇ ਕੀ ਪੜ੍ਹਾਇਆ, ਕਿਹਨਾਂ ਦੀ ਫੋਟੋ ਹੈ? ਬਾਲ ਸੁਖਦੇਵ ਦੀ ਪੜ੍ਹਾਇਆ। ਬਿਲਕੁਲ ਕਨਫਰਮ ਹੈ? ਨੇਹਾ ਰਾਣੀ ਜੀ, ਬੇਟਾ ਹੁਣ ਜਿਹੜੀ ਤੁਹਾਨੂੰ ਕਿਤਾਬ ਦਿਖਾਈ ਹੈ, ਉਹਦੇ ਉੱਤੇ ਫੋਟੋ ਕਿਹਦੀ ਲੱਗੀ ਹੋਈ ਸੀ? ਜੇਕਰ ਤੁਹਾਡੇ ਆਸੇ ਪਾਸੇ, ਤੁਹਾਡੇ ਘਰ ਦੇ ਨੇੜੇ ਤੇੜੇ ਇਸ ਤਰ੍ਹਾਂ ਦੀ ਫੋਟੋ ਦੇਖਦੇ ਹੋ, ਤੁਹਾਡੇ ਘਰ ਦੇ ਜਾਂ ਤੁਹਾਡੇ ਮੰਮਾ ਜਾਂ ਡੈਡੀ ਪੁੱਛਦੇ ਆ, ਤੁਸੀਂ ਕੀ ਦੱਸੋਗੇ ਉਹਨਾਂ ਨੂੰ ਕਿਹਦੀ ਫੋਟੋ ਲੱਗੀ ਹੈ? ਉਹਨਾਂ ਦੀ ਜੀਵਨੀ ਵਗੈਰਾ ਪੜ੍ਹੀ ਹੈ ਤੁਸੀਂ ਥੱਲੇ ਸਾਰਾ ਕੁਛ? ਕਿਹੜੀ ਕਲਾਸ ਦੇ ਵਿੱਚੋਂ ਤੁਸੀਂ? ਤੁਹਾਡੇ ਟੀਚਰਾਂ ਨੇ ਇਹੀ ਪੜ੍ਹਾਇਆ ਤੁਹਾਨੂੰ ਵੀ ਸੁਖਦੇਵ ਜੀ ਦੀ ਫੋਟੋ ਹੈ? ਨਾਮ ਕੀ ਹੈ ਤੁਹਾਡਾ ਜੀ? ਮੈਮ, ਕਿਹੜੇ ਸਕੂਲ ਦੇ ਵਿੱਚ ਤੁਸੀਂ ਜਿਹੜੇ ਪੜ੍ਹਾ ਰਹੇ ਹੋ ਟੀਚਰ, ਐਜ ਏ ਟੀਚਰ? ਸਰਕਾਰੀ ਪ੍ਰਾਇਮਰੀ ਸਕੂਲ ਨੰਬਰ 3 ਕਿਦਾਂ? ਮੈਮ, ਇੱਕ ਜਾਣੂ ਕਰਾਇਆ ਤੁਹਾਨੂੰ, ਜਿਹੜੀ ਇੱਕ ਮਿਸਟੇਕ ਬਾਰੇ ਜਾਣੂ ਕਰਾਇਆ, ਕੀ ਕਹਿਣਾ ਤੁਹਾਡਾ ਉਹਦੇ ਬਾਰੇ? ਸਰ, ਇਹ ਬੁੱਕ ਪਿਛਲੇ ਸਾਲ ਵੀ ਇਹੀ ਸੀ ਜੀ, ਇਹੀ ਫੋਟੋ ਲੱਗੀ ਹੋਈ ਸੀ ਬਾਲ ਸੁਖਦੇਵ ਦੀ, ਔਰ ਪਰ ਨੋਟਿਸ ਵਿੱਚ ਨਹੀਂ ਲਿਆਂਦੀ ਗਈ। ਇਸ ਵਾਰੀ ਗਲਤੀ ਨੋਟਿਸ ਵਿੱਚ ਆਈ ਹੈ, ਜੋ ਕਿ ਕਲੈਰੀਕਲ ਗਲਤੀ ਹੈ, ਬੱਚਿਆਂ ਦੇ ਮਨ ਦੇ ਵਿੱਚ ਤੁਹਾਨੂੰ ਲੱਗਦਾ ਵੀ ਜਿਹੜੇ ਸ਼ਹੀਦਾਂ ਨਾਲ ਕਿਸੇ ਨਾ ਕਿਸੇ ਤਰੀਕੇ ਨਾਲ ਇਹ ਇੱਕ ਤਰ੍ਹਾਂ ਦਾ ਕੁਝ ਮਜ਼ਾਕ ਹੀ ਹੈ ਜੀ? ਹਾਂਜੀ ਸਰ, ਪਰ ਚਲੋ ਜੋ ਵੀ ਹੈ, ਮੈਂ ਅਵਤਾਰ ਸਿੰਘ, ਅੱਜ ਮੈਂ ਸਕੂਲ ਦੇ ਵਿੱਚ ਗਿਆ
ਚੌਥੀ ਕਲਾਸ ਦੀ ਪੰਜਾਬੀ ਦੀ ਬੁੱਕ ਵੇਖੀ ਤਾਂ ਉਹਦੇ ਵਿੱਚ ਜੋ ਬਾਲ ਸੁਖਦੇਵ ਚੈਪਟਰ ਹੈ ਉਹਦੇ ਵਿੱਚ ਫੋਟੋ ਹੈ ਜਿਹੜੀ ਉਹ ਰਾਜਗੁਰੂ ਸੁਖਦੇਵ ਦੀ ਲੱਗੀ ਹੋਈ ਹੈ ਔਰ ਨਾਂ ਬਾਲ ਸੁਖਦੇਵ ਲਿਖਿਆ ਹੋਇਆ ਹੈ। ਐਡੀ ਵੱਡੀ ਗਲਤੀ ਇਹ ਇੰਨੇ ਪੜ੍ਹੇ ਲਿਖੇ ਹੋਣ ਦੇ ਬਾਵਜੂਦ ਇਹ ਜੋ ਬੱਚਿਆਂ ਦੀਆਂ ਜੋ ਸਕੂਲਾਂ ਦੀਆਂ ਕਿਤਾਬਾਂ ਛਪਾਈ ਹੋ ਰਹੀਆਂ ਹਨ ਇਹਨਾਂ ਵਿੱਚ ਐਡੀਆਂ ਵੱਡੀਆਂ ਗਲਤੀਆਂ ਕੀਤੀਆਂ ਹੋਈਆਂ ਹਨ ਅੱਜ ਤੱਕ ਕਿਸੇ ਨੇ ਵੀ ਨਹੀਂ ਚੈੱਕ ਕੀਤੀਆਂ। ਸਾਡੇ ਬੱਚੇ ਇਹ ਤੋਂ ਕੀ ਸਿੱਖਣਗੇ ਕਿ ਫੋਟੋ ਰਾਜਗੁਰੂ ਦੀ ਲਾ ਰੱਖੀ ਹੈ ਲਿਖਿਆ ਬਾਲ ਸੁਖਦੇਵ ਹੈ ਪਰ ਸਾਡੇ ਬੱਚਿਆਂ ਨੂੰ ਇਹ ਸਾਡੇ ਸ਼ਹੀਦਾਂ ਦਾ ਬਹੁਤ ਵੱਡਾ ਅਪਮਾਨ ਹੈ। ਨਾਂ ਕਿਸੇ ਦਾ ਲਿਖਿਆ ਹੋਇਆ ਹੈ ਫੋਟੋ ਕਿਸੇ ਦੀ ਲਾ ਰੱਖੀ ਹੋਈ ਹੈ। ਮੈਂ ਇਸ ਦੀ ਸਭ ਨਿੰਦਾ ਕਰਦਾ ਹਾਂ। ਜਿਹੜੀ ਫੋਰਥ ਕਲਾਸ ਹੈ ਉਹਦੀ ਪੰਜਾਬੀ ਦੀ ਬੁੱਕ ਉਹਦਾ ਚੈਪਟਰ 3 ਬਾਲ ਸੁਖਦੇਵ ਉਹਦੇ 'ਚ ਫੋਟੋ ਲੱਗੀ ਹੋਈ ਹੈ ਉਹ ਜਿਹੜੀ ਰਾਜਗੁਰੂ ਦੀ ਉਹ ਫੋਟੋ ਹੈ ਸੁਖਦੇਵ ਅਤੇ ਜੀਵਨੀ ਪੜ੍ਹਾਈ ਤੁਹਾਨੂੰ ਕੀ ਲੱਗਦਾ ਵੀ ਇਹ ਕਿਸ ਤਰ੍ਹਾਂ ਦਾ ਸ਼ਹੀਦਾਂ ਦਾ ਮਜ਼ਾਕ ਨਹੀਂ ਹੋ ਰਿਹਾ? ਹਾਂਜੀ ਮਜ਼ਾਕ ਤਾਂ ਹੈਗਾ ਜੀ ਅਤੇ ਤੁਹਾਡੇ ਧਿਆਨ 'ਚ ਨਹੀਂ ਆਇਆ ਜੀ ਇਹ? ਨਹੀਂ ਜੀ ਧਿਆਨ 'ਚ ਨਹੀਂ ਆਇਆ। ਅਤੇ ਜਵਾਕਾਂ 'ਤੇ ਇਹਦਾ ਗਲਤ ਅਸਰ ਨਹੀਂ ਜਾ ਰਿਹਾ ਜੀ? ਬਹੁਤ ਜ਼ਿਆਦਾ ਗਲਤ ਅਸਰ ਜਾਂਦਾ। ਤੁਹਾਨੂੰ ਕੀ ਲੱਗਦਾ ਕੀ ਹੋਣਾ ਚਾਹੀਦਾ ਹੁਣ ਇਸ ਦੇ ਜਿਹੜੇ ਇਹਦੇ ਬਾਰੇ? ਮਿਸਟੇਕ ਹੈ ਜਿਹੜੀ ਇਹਨੂੰ ਕਲੀਅਰ ਕਰਨਾ ਚਾਹੀਦਾ। ਜਿਨ੍ਹਾਂ ਵੱਲੋਂ ਜਿਹੜੀ ਮਿਸਟੇਕ ਕੀਤੀ ਗਈ ਹੈ ਉਹਨਾਂ 'ਤੇ ਵੀ ਕੋਈ ਕਾਰਵਾਈ ਵਗੈਰਾ ਹੋਣੀ ਚਾਹੀਦੀ ਹੈ ਕਿ ਨਹੀਂ? ਤੁਹਾਡਾ ਕੀ ਖਿਆਲ ਹੈ? ਇਸ ਜਿਹੜੇ ਪਬਲਿਸ਼ਰ ਨੇ ਇਹਨੂੰ ਗਲਤ ਛਾਪਿਆ ਸੁਧਾਰ ਕਰਨਾ ਚਾਹੀਦਾ ਗਲਤੀ ਜੀ। ਵਰਿੰਦਰ ਕੁਮਾਰ ਸਰ ਜਿਹੜੀ ਚੌਥੀ ਕਲਾਸ ਦੀ ਪੰਜਾਬੀ ਦੀ ਬੁੱਕ ਹੈ ਉਹਦੇ 'ਚ ਬਹੁਤ ਵੱਡੀ ਗਲਤੀ ਕੀਤੀ ਗਈ ਹੈ ਕਿ ਤੁਹਾਡੇ ਨੌਲੇਜ 'ਚ ਹੈ ਇਹ? ਹਾਂਜੀ ਹਾਂਜੀ। ਕਿਸ ਤਰ੍ਹਾਂ ਦੀ ਗਲਤੀ ਹੈ ਜੀ ਇਹ? ਉਹ ਬਾਲ ਸੁਖਦੇਵ ਜੋ ਚੈਪਟਰ ਹੈ 3 ਨੰਬਰ ਉਸਦੇ ਵਿੱਚ ਫੋਟੋ ਜਿਹੜੀ ਹੈਗੀ ਉਹ ਰਾਜਗੁਰੂ ਜੀ ਦੀ ਲੱਗੀ ਹੋਈ ਹੈ। ਇਹਨਾਂ ਬਾਰੇ ਤੁਸੀਂ ਆਪਣੇ ਉੱਚ ਅਧਿਕਾਰੀਆਂ ਨੂੰ ਜਾਣੂ ਕਰਵਾਇਆ ਜੀ? ਨਹੀਂ ਇਸ ਬਾਰੇ। ਇਹ ਤੁਹਾਨੂੂੰ ਕਦੋਂ ਪਤਾ ਲੱਗਿਆ ਵੀ ਇਹਦੇ ਬਾਰੇ ਜਿਹੜੇ? ਨਹੀਂ ਇਸ ਵਾਰ ਚੌਥੀ ਜਮਾਤ ਮੰਨ ਲਓ ਮੈਂ ਪੜ੍ਹਾਉਣੀ ਸ਼ੁਰੂ ਕੀਤੀ ਹੈ ਅਤੇ ਇਸ ਵਾਰ ਦੇਖਿਆ ਅਤੇ ਮੈਨੂੰ ਲੱਗਿਆ ਮਹਿਸੂਸ ਹੋਇਆ। ਸਰ ਇਸ ਤੋਂ ਪਹਿਲਾਂ ਜਿਹੜੇ ਤੁਹਾਡੇ ਸਕੂਲ ਦੇ ਵਿੱਚ ਜਿਹੜੇ ਫੋਰਥ ਕਲਾਸ ਦੇ ਟੀਚਰ ਸੀ ਕਿ ਉਹਨਾਂ ਨੂੰ ਪਤਾ ਨਹੀਂ ਲੱਗਿਆ ਗਿਆ ਵੀ ਇਹ ਜਿਹੜੀ ਗਲਤੀ ਹੈਗੀ ਐਡੀ ਵੱਡੀ ਗਲਤੀ ਹੈ ਜੀ? ਨਹੀਂ ਆਈ ਧਿਆਨ 'ਚ ਨਹੀਂ ਆਈ। ਕੀ ਲੱਗਦਾ ਹੈਗਾ ਬੱਚਿਆਂ ਦੀ ਕਿਸ ਤਰ੍ਹਾਂ ਦਾ ਜਿਹੜਾ ਇੰਪਰੈਸ਼ਨ ਪਏਗਾ ਇਸ ਗੱਲ ਦਾ ਨੂੰ ਲੈ ਕੇ? ਕਿਸ ਤਰ੍ਹਾਂ ਸੋਚਦੇ ਆ ਬੱਚੇ, ਕਿਸ ਤਰ੍ਹਾਂ ਬੱਚਿਆਂ ਦੇ ਮਨ ਦੇ ਵਿੱਚ ਕੀ ਜਾਏਗਾ? ਨਹੀਂ ਇਹ ਸਹੀ ਹੋਣੀ ਚਾਹੀਦੀ ਹੈ ਤਸਵੀਰ ਦੀ। ਇਹ ਸ਼ਹੀਦਾਂ ਦਾ ਮਜ਼ਾਕ ਨਹੀਂ ਮੰਨਦੇ ਵੀ ਇੱਕ ਤਰ੍ਹਾਂ ਦਾ ਮਜ਼ਾਕ ਹੀ ਹੋ ਰਿਹਾ ਉਹਨਾਂ ਦਾ? ਹਾਂਜੀ ਇਹ ਨੌਲੇਜ ਜਾਣਕਾਰੀ ਇਹ ਸਹੀ ਹੋਣੀ ਚਾਹੀਦੀ ਹੈ। ਜਿਨ੍ਹਾਂ ਨੇ ਮਤਲਬ ਇਹ ਜਿਨ੍ਹਾਂ ਤੋਂ ਵੀ ਕੋਈ ਵੀ ਗਲਤੀ ਹੈ ਚਾਹੇ ਕਲੈਰੀਕਲ ਗਲਤੀ ਹੈ ਕਿਸ ਤਰ੍ਹਾਂ ਹੋਣਾ ਚਾਹੀਦਾ, ਉਸ ਨੂੰ ਠੀਕ ਕਰਨਾ ਚਾਹੀਦਾ, ਕਿਸ ਤਰ੍ਹਾਂ ਸੁਧਾਰ ਕਰਨਾ ਚਾਹੀਦਾ? ਤੁਸੀਂ ਆਪਦੇ ਵੱਲੋਂ ਜਿਹੜਾ ਸਕੂਲ ਦੇ ਵੱਲੋਂ ਜਿਹੜਾ ਹੈਗਾ ਆਪਦੇ ਉੱਚ ਅਧਿਕਾਰੀਆਂ ਨੂੰ ਇਸ ਬਾਬਤ ਲਿਖੋਗੇ ਜੀ? ਹਾਂਜੀ ਸੁਧਾਰ ਵਾਸਤੇ ਕਹਾਂਗੇ ਜੀ, ਜਾਣਕਾਰੀ ਦਿਓਗੇ ਉਹਨਾਂ ਨੂੰ?